ਅਮਰੀਕਾ ਦੇ ਵਿੱਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਰਿਕਾਰਡ 16 ਲੱਖ ਤੋਂ ਟੱਪ ਗਈ ਹੈ ਸੀਐਨਐਨ ਦੀ ਰਿਪੋਰਟ ਦੇ ਮਤਾਬਕ 219 ਵੱਖ-ਵੱਖ ਦੇਸ਼ਾਂ ਤੇ 4 ਤੋਂ 18 ਭਾਸ਼ਾਵਾਂ ਬੋਲਣ ਵਾਲੇ ਲਗਾਤਾਰ ਨਜਾਇਜ਼ ਤਰੀਕੇ ਦੇ ਨਾਲ ਅਮਰੀਕਾ 'ਚ ਦਾਖਲ ਹੋ ਰਹੇ ਨੇ ਅਤੇ ਆਪਣੀ ਜਾਨ ਨੂੰ ਖਤਰਾ ਦੱਸ ਕੇ ਪਨਾਹ ਦੀ ਮੰਗ ਕੀਤੀ ਜਾ ਰਹੀ ਹੈ ਅਸਾਈਲਮ ਦੀਆਂ ਅਰਜ਼ੀਆਂ ਵਧਣ ਦੇ ਕਾਰਨ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਸੁਣਵਾਈ ਦਾ ਔਸਤ ਉਡੀਕ ਸਮਾਂ 4.5 ਸਾਲ ਦੇ ਨੇੜੇ ਪੁੱਜ ਗਿਆ ਹੈ